ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਬੇਲਾ ਸਿੰਘ ਪੜਵਾਲ ਰਿਟਾਇਰਡ ਇੰਸਪੈਕਟਰ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਰਣਜੀਤ ਸਿੰਘ ਪੜਵਾਲ ਰਿਟਾਇਰਡ ASI, ਸ਼੍ਰੀਮਤੀ ਕੁਲਜੀਤ ਕੌਰ, ਸਰਦਾਰ ਗੁਰਮੀਤ ਸਿੰਘ ਪੜਵਾਲ ਰਿਟਾਇਰਡ DSP, ਸ਼੍ਰੀਮਤੀ ਇੰਦਰਜੀਤ ਕੌਰ, ਹੈਰੀ ਪੜਵਾਲ, ਮਨੀ, ਹੈਪੀ, ਡਿੰਕੂ ਕੈਨੇਡਾ, ਰੌਕੀ, ਰੋਸ਼ਨੀ, ਡਾਕਟਰ ਵਿੱਕੀ, ਸਰਦਾਰਨੀ ਰਜਿੰਦਰ ਕੌਰ, ਸਰਦਾਰ ਗੋਬਿੰਦ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰੱਗ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਪਣੇ ਵੈਰਾਗਮਈ ਸ਼ਬਦਾਂ ਰਾਹੀਂ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ ਅਤੇ ਸਭਨਾ ਸੰਗਤਾਂ ਨੂੰ ਉਸ ਪਰਮਾਤਮਾ ਦੀ ਰਜਾ ਵਿੱਚ ਰਹਿ ਕੇ ਨਾਮ ਸਿਮਰਨ ਕਰਨ ਦਾ ਅਤੇ ਪਰਮਾਤਮਾ ਦੇ ਪਾਣੀ ਵਿੱਚ ਰਹਿਣ ਦਾ ਸੰਦੇਸ਼ ਦਿੱਤਾ। ਸਰਦਾਰ ਬੇਲਾ ਸਿੰਘ ਪੜਵਾਲ ਹੁਣਾਂ ਦਾ ਜਨਮ ਸਰਦਾਰ ਲਕਸ਼ਮਣ ਸਿੰਘ ਪੜਵਾਲ ਹੁਣਾਂ ਦੇ ਘਰ ਹੋਇਆ। ਆਪ ਜੀ ਦਾ ਬਚਪਨ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬੇਗੋਵਾਲ ਵਿਖੇ ਬੀਤਿਆ। ਆਪ ਜੀ ਬਹੁਤ ਹੀ ਸ਼ਾਂਤਮਈ ਸੁਭਾਅ ਦੇ ਮਾਲਕ ਸਨ ਅਤੇ ਸਹਿਣਸ਼ੀਲ ਬਿਰਤੀ ਵਾਲੇ ਸਨ। ਆਪ ਜੀ ਹਮੇਸ਼ਾ ਹੀ ਆਪਣੇ ਪਿਤਾ ਜੀ ਦਾ ਸਹਾਰਾ ਬਣੇ। ਆਪ ਜੀ ਸ਼ੁਰੂ ਤੋਂ ਹੀ ਮਿਹਨਤੀ ਸਨ ਅਤੇ ਆਪ ਜੀ ਨੇ ਆਪਣੀ ਮਿਹਨਤ ਸਦਕਾ ਉੱਚ ਵਿਦਿਆ ਹਾਸਲ ਕਰਕੇ ਇੰਸਪੈਕਟਰ ਦੀ ਨੌਕਰੀ ਪ੍ਰਾਪਤ ਕੀਤੀ। ਆਪ ਜੀ ਦਾ ਵਿਆਹ ਬੀਬੀ ਬਲਵੰਤ ਕੌਰ ਹੁਣਾਂ ਨਾਲ ਹੋਇਆ। ਆਪ ਜੀ ਦੇ ਘਰ ਦੋ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆ। ਆਪ ਜੀ ਦੇ ਬੱਚੇ ਆਪ ਜੀ ਦੇ ਭਾਈ ਪੂਰਨਿਆਂ ਤੇ ਚੱਲ ਰਹੇ ਹਨ, ਮਿਹਨਤੀ ਹਨ, ਸੰਸਕਾਰੀ ਹਨ ਅਤੇ ਸਮਾਜ ਵਿੱਚ ਅਹਿਮ ਸਥਾਨ ਰੱਖਦੇ ਹਨ। ਸਭ ਤੋਂ ਵੱਡੀ ਗੱਲ, ਆਪ ਜੀ ਦੇ ਬੱਚੇ ਉੱਚ ਅਹੁਦਿਆਂ ਤੋਂ ਰਿਟਾਇਰਡ ਹਨ। ਸਰਦਾਰ ਬੇਲਾ ਸਿੰਘ ਹੁਣਾਂ ਦੀ ਫੁਲਵਾੜੀ ਇਸ ਸਮੇਂ ਉਹਨਾਂ ਦੇ ਪੋਤਰੇ ਪੋਤਰੀਆਂ ਦੋਤੇ ਅਤੇ ਦੋਤੀ ਨਾਲ ਮਹਿਕ ਰਹੀ ਹੈ, ਜੋ ਸਭ ਆਪ ਦੇ ਸੰਸਕਾਰਾਂ ਤੇ ਚੱਲ ਰਹੇ ਹਨ। ਸਰਦਾਰ ਬੇਲਾ ਸਿੰਘ ਜੀ ਹੁਣੀ ਬਹੁਤ ਹੀ ਗੁਣੀ ਅਤੇ ਹਸਮੁਖ ਇਨਸਾਨ ਸਨ। ਕੋਈ ਵੀ ਆਪ ਦੇ ਗੁਣਾਂ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ, ਚਾਹੇ ਆਪ ਜੀ ਦਾ ਪਰਿਵਾਰ ਹੋਵੇ, ਚਾਹੇ ਆਪ ਜੀ ਦਾ ਸਮਾਜ ਹੋਵੇ। ਕੁਏ ਕਾ ਕੁਏ ਪਾ
ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੀ ਫੁੱਲ ਭੇਂਟ ਕੀਤੇ। ਤੇ ਮੈਂ ਬੜੇ ਮਾਣ ਦੇ ਨਾਲ ਦੋ ਤਿੰਨ ਗੱਲਾਂ ਕਹਿ ਸਕਦਾ ਹਾਂ ਕਿ ਉਹਨਾਂ ਦਾ ਆਪਣਾ ਜੀਵਨ ਬਹੁਤ ਵਧੀਆ ਸੀ, ਉਹਨਾਂ ਦੀ ਕਹਿਣੀ ਤੇ ਕਰਨੀ ਚ ਕੋਈ ਫਰਕ ਨਹੀਂ ਸੀ। ਉਹਨਾਂ ਹਮੇਸ਼ਾ ਸੱਚੀ ਆਗਿਆ ਸਾਥ ਦਿੱਤਾ ਅਤੇ ਜ਼ਿੰਦਗੀ ਚ ਬਹੁਤ ਮਿਹਨਤ ਕੀਤੀ। ਜੇ ਉਹਨਾਂ CRPF ਚ ਨੌਕਰੀ ਕੀਤੀ ਤੇ ਬੜੇ ਬੇਦਾਗ ਤਰੀਕੇ ਨਾਲ ਨੌਕਰੀ ਕਰਕੇ ਇੰਸਪੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਕਾਫੀ ਲੰਬਾ ਸਮਾਂ ਪਹਿਲਾਂ। ਅਤੇ ਉਸ ਤੋਂ ਬਾਅਦ ਆਪਣੇ ਪਰਿਵਾਰ ਦੇ ਪੱਧਰ ਉੱਚਾ ਚੁੱਕਣ ਵਾਸਤੇ ਲਗਾਤਾਰ ਯਤਨ ਕੀਤਾ। ਇਸ ਕਰਕੇ ਬਹੁਤ ਵਧੀਆ ਇਨਸਾਨ ਸੀ ਜਿਸ ਨੇ ਬਹੁਤ ਵਧੀਆ ਜੀਵਨ ਬਤੀਤ ਕੀਤਾ। ਤੇ ਜਿਸ ਵੇਲੇ ਮੈਂ ਉਹਨਾਂ ਦੀ ਪਰਿਵਾਰ ਨੂੰ ਫਿਰ ਬਾਰੇ ਗੱਲ ਕਰਦਾ ਹਾਂ ਤੇ ਮੈਂ ਫਿਰ ਬੜੇ ਆਰਾਮ ਨਾਲ ਕਹਿ ਸਕਦਾ ਹਾਂ ਕਿ ਪਰਿਵਾਰ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਚਾਚੀ ਕਲਾ ਚੁੱਕਾ। ਉਹਨਾਂ ਦੋਨੋਂ ਬੇਟੇ ਅਜੇ ਵਾਰ ਵੈਲ ਸੈਟਲਡ ਵਧੀਆ ਤਰੀਕੇ ਨਾਲ ਸੈਟਲ ਹੋਏ ਅਤੇ ਬੇਟੀ ਕੈਨੇਡਾ USA ਵਿੱਚ ਪੂਰਾ ਪਰਿਵਾਰ ਸੈਟਲ ਹੈ। ਸਰਦਾਰ ਬੇਲਾ ਸਿੰਘ ਜੀ ਸਾਡੇ ਮਾਸਟਰ ਜੀ 8 ਸਾਲ ਉੱਤੇ ਮੰਜੇ ਤੇ ਤੇ ਮੇਰੇ ਦੋਨੇ ਵੀਰ ਗੁਰਮੀਤ ਸਿੰਘ ਰਣਜੀਤ ਸਿੰਘ ਤੇ ਜੋ ਇਹਨਾਂ ਦੀਆਂ ਵਾਈਫ ਨੇ ਉਹਨਾਂ ਨੇ ਉਹਨਾਂ ਦੀ ਬਹੁਤ ਰੱਜ ਕੇ ਸੇਵਾ ਕੀਤੀ। ਜਦੋਂ ਵੀ ਮੈਂ ਜਾਣਾ ਤੇ ਉਹ ਚੜ੍ਹਦੀਆਂ ਗੱਲਾਂ ਚ ਰਹਿਣਾ। ਕਦੀ ਵੀ ਮੈਂ ਇਸ ਪਰਿਵਾਰ ਨੂੰ ਨਹੀਂ ਸੀ ਸੁਣਿਆ ਇਹ ਰੱਬਾ ਇਹ ਬੜੇ ਤੰਗ ਨੇ ਤੇ ਤੁਸੀਂ ਭਾਰਾ ਬਰਦਾਵ ਤੇ ਇਹਨਾਂ ਲੈ ਜਾਓ। ਉਹ ਭਾਈ ਗੁਰਦਾਸ ਜੀ ਦੀ ਪੌੜੀ ਹੈ, ਮਾਂ ਪਿਓ ਪਰ ਹਰ ਸੁਣੇ ਵੇ ਭੇਦ ਨਾ ਜਾਣੇ ਕਥਾ ਕਹਾਣੀ। ਇਹ ਮਾਂ ਪਿਓ ਨੂੰ ਜੋ ਸੇਵਾ ਦਾ ਅੱਜ ਕੱਲ੍ਹ ਅਸੀਂ ਥੋੜ੍ਹਾ ਇਗਨੋਰ ਕਰਦੇ ਹਾਂ, ਪਰ ਉਹ ਭਾਈ ਗੁਰਦਾਸ ਜੀ ਦੀ ਵਾਰ ਸਾਨੂੰ ਕੀ ਕਹਿ ਰਹੀ ਹੈ ਕਿ ਮਾਂ ਪਿਓ ਦੀ ਜੋ ਸੇਵਾ ਹੈ ਉਹ ਸਭ ਤੋਂ ਉੱਤਮ ਹੈ। ਸਰਦਾਰ ਬੇਲਾ ਸਿੰਘ ਜੀ ਇੰਸਪੈਕਟਰ ਸਾਹਿਬ ਦੇ ਸਵਾਲ ਵਿੱਚ ਪ੍ਰੋਫੈਸਰ ਸਾਹਿਬ ਦੱਸ ਰਹੇ ਸਨ ਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬੜੀ ਘਾੜਨਾ ਕਰੀ। ਪਹਿਲਾਂ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦੇ ਵਿੱਚ ਆਪਣੀ ਬਖੂਬੀ ਦੇ ਨਾਲ ਨੌਕਰੀ ਕੀਤੀ, ਇੰਸਪੈਕਟਰ ਰਿਟਾਇਰ ਹੋਏ। ਉਸ ਤੋਂ ਬਾਅਦ ਆਉਂਦੇ ਸਾਹ ਸਤ ਬਾਬਾ ਪ੍ਰੇਮ ਸਿੰਘ ਜੀ ਦੇ ਸਥਾਨ ਨਾਲ ਇੰਨਾ ਕੁ ਪਿਆਰ ਸੀ ਸਤਸੰਗ ਜੀ। ਅੱਜ ਅਸੀਂ ਕਿਸੇ ਨੂੰ ਕਹੀਏ ਨਾ ਕਈ ਵਾਰੀ ਮੈਂ ਗੱਡੀ ਵਿੱਚ ਜਾਣੀ ਹੈ, ਮੈਂ ਕਿਸੇ ਨੂੰ ਕਹਾਂ ਗੱਡੀ ਵਿੱਚ ਆਓ ਚੱਲੀਏ ਮੇਰੇ ਨਾਲ, ਇਹ ਮੈਨੂੰ ਕਹਿਣਗੇ ਕਿੰਨਾ ਚਿਰ ਲੱਗੂਗਾ, ਸ਼ਾਮ ਤੱਕ ਆ ਜਾਂਗੇ, ਜੇ ਜਰਾ ਹਨੇਰਾ ਹੋ ਜਾਏ ਤਾਂ ਦੂਜੇ ਦਿਨ ਮੇਰੇ ਨਾਲ ਗੱਡੀ 'ਚ ਬਹਿਣਾ ਕੋਈ ਪਸੰਦ ਨਹੀਂ ਕਰਦਾ। ਉਹ ਸੋਚਦੀ ਹੈ ਕਿ ਪਤਾ ਨਹੀਂ ਪੀਸੀ ਨੇ ਸਵੇਰੇ ਲੈ ਜਾਣੀ ਹੈ, ਰਾਤ ਕਦੋਂ ਵਾਪਸ ਆਉਂਦੇ ਹੈ, ਕਿਉਂਕਿ ਮੇਰਾ ਵੀ ਸੁਭਾਅ ਜਿੱਧਰ ਨੂੰ ਚੱਲ ਪਏ ਸਾਈ ਸਰਦਾਰ ਸਾਹਿਬ ਸਾਹਿਬ ਦਿਲ ਕਰ ਦਿੰਦੀ। ਤਾਂ ਸਰਦਾਰ ਬੇਲਾ ਸਿੰਘ ਜੀ, ਸਰਦਾਰ ਜਗੀਰ ਸਿੰਘ ਜੀ, ਪ੍ਰਧਾਨ ਸਾਹਿਬ, ਸਰਦਾਰ ਸ਼ਿਆਰ ਸਿੰਘ ਜੀ, ਅਜੇ ਤੱਕ ਵੀ ਮੈਂ ਉਸ ਟੀਮ ਨੂੰ ਯਾਦ ਕਰਦੀ ਹਮੇਸ਼ਾ। ਅੱਜ ਭਾਵੇਂ ਮੈਨੂੰ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਕੇ ਵੀ ਆਉਣਾ ਮੇਰਾ ਫਰਜ਼ ਸੀ। ਆਪਣੇ ਮਾਤਾ ਪਿਤਾ ਦੇ ਨਹੀਂ ਸਕਦੇ, ਲੱਖ ਕਹੀ ਜਾਈਏ, ਸੋਹਣਾ ਬਿਸਤਰਾ ਦੇ ਦਿੱਤਾ, ਸੋਹਣੇ ਕੱਪੜੇ ਦੇ ਦਿੱਤੇ, ਸੋਹਣਾ ਅਸੀਂ ਖਾਣ ਨੂੰ ਦੇ ਦਿੱਤਾ, ਲੇਕਿਨ ਮਾਤਾ ਪਿਤਾ ਦੇ ਆਗਿਆ ਕਾਰਨ ਜਿਹੜੀ ਹੈ ਉਹ ਜੇ ਅਸੀਂ ਨਿਭਾਵਾਂਗੇ, ਸੇਵਾ ਵਿੱਚ ਹਿੱਸਾ ਪਾਵਾਂਗੇ, ਤਾਂ ਮਾਤਾ ਪਿਤਾ ਦੀ ਸ਼ਾਂਤੀ ਜਿਹੜੀ ਹੈ ਜ਼ਿੰਦਗੀ ਦੀ ਹੋਵੇਗੀ। ਪਰਮਾਤਮਾ ਕਰੇ ਸਾਡੇ ਵੀਰਾਂ ਨੂੰ, ਸਾਡੀਆਂ ਭੈਣਾਂ ਨੂੰ, ਤੇ ਮੇਰੀ ਭੈਣ ਬੇਟੀ ਮੇਰੀ ਸਟੂਡੈਂਟ ਹੀ ਰਹੀ ਹੈ, ਅੱਜ ਵਿਦੇਸ਼ਾਂ ਚ ਬੈਠੀ ਹੈ, ਉਹਨਾਂ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇ ਹਮੇਸ਼ਾ ਹਮੇਸ਼ਾ ਅੰਗ ਸੰਸਾਈ ਹੋ ਕੇ ਆਪਣੇ ਨਾਮ ਦੀ ਦਾਤ ਬਖਸ਼ੇ। ਤੇ ਸਾਡੇ ਬਜ਼ੁਰਗ, ਸਾਡੇ ਵੀਰ ਵੱਡੇ ਸਰਦਾਰ ਬੇਲਾ ਸਿੰਘ ਜੀ ਜੋ ਅੱਜ ਦੁਨੀਆਂ ਚ ਨਹੀਂ ਰਹੇ, ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਭੁੱਲਾ ਚੁੱਕਿਆਂ ਦੀ ਮਾਫ਼ੀ ਦਿਓ। ਆਓ ਅਰਦਾਸ ਕਰੀਏ, ਸੰਬਤ ਸਾਹਾ ਲਿਖਿਆ ਮਿਲਕਰ ਪਾਵਨ ਦੇਵ ਦੇਵੋ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਭੁੱਲਾ ਚੁੱਕਿਆਂ ਦੀ ਮਾਫ਼ੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ।